ਤੁਹਾਡੇ ਮਾਧਵ ਰਾਏ ਪ੍ਰਧਾਨ ਸਾਹਿਬ ਨੂੰ ਹੱਥ ਜੋੜ ਕੇ ਗੁਰੂ ਨਾਨਕ ਪਾਤਸ਼ਾਹ ਦੀ ਧਰਤੀ ਇਹ ਗੱਲ ਕਹਿਣੀ ਚਾਹੁੰਦਾ ਵੀ ਪ੍ਰਧਾਨ ਸਾਹਿਬ ਤੁਸੀਂ ਬੜੇ ਸਿਆਣੇ ਤੇ ਬੜੇ ਗਾਂ ਵਧੂ ਪ੍ਰਧਾਨ ਜੀ, ਤੁਸੀਂ ਜਿਹਾ ਫੈਸਲਾ ਨਾ ਲੈ ਦਿਓ ਵੀ ਸਾਡੇ ਲਈ ਜਿਹੜੀ ਇਹ ਸਾਡੀ ਪ੍ਰਾਣਾਂ ਤੋਂ ਪਿਆਰੀ ਪਾਰਟੀ ਹੈ ਉਹ ਸਾਡੇ ਲਈ ਜਿਹੜਾ ਵਾ ਕੋਈ ਮਜਬੂਰਨ ਫੈਸਲਾ ਲੈਣਾ ਪਏ। ਇਸ ਕਰਕੇ ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਨਾ ਵੀ ਬੱਜਰ ਕਿਰਾਇਤ ਵਾਲਾ ਬੰਦਾ ਉਹਦੇ ਪਰਿਵਾਰ ਵਾਲਾ ਬੰਦਾ ਅਸੀਂ ਬਰਦਾਸ਼ਤ ਨਹੀਂ ਅੱਜ ਕਰ ਪੂਰੀ ਸਕਦੇ। ਦੇਖੋ ਜੀ, ਅੱਜ ਸ਼੍ਰੋਮਣੀ ਅਕਾਲੀ ਦਲ ਜੋ ਕਿ ਇਹਦਾ ਬੜਾ ਮਾਣਮਤੀ ਇਤਿਹਾਸ ਵਾਲੀ ਔਰ ਸ਼ਹੀਦਾਂ ਦੀ ਜਥੇਬੰਦੀ ਹੈ ਔਰ ਇਹਦੇ ਵਿੱਚ ਪਹਿਲਾਂ ਵੀ ਅੱਜ ਤੋਂ ਕਈ ਚਿਰ ਪਹਿਲਾਂ ਸਾਡੇ ਜਦੋਂ ਬਜ਼ੁਰਗ ਇੱਥੋਂ MLA ਰਹੇ, ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ, ਉਦੋਂ ਪਾਰਲੀਮੈਂਟ ਬੋਰਡ ਜਿਹੜਾ ਉਹ ਇਸੇ ਤਰੀਕੇ ਨਾਲ ਟਿਕਟਾਂ ਵੰਡਦਾ ਹੁੰਦਾ ਹੈ। ਵਰਕਰਾਂ ਦੇ ਵਿੱਚ ਆ ਕੇ ਵਰਕਰਾਂ ਦੀ ਜਿਹੜੀ ਉਹ ਰਾਏ ਲੈਂਦੇ ਹੁੰਦੇ ਸੀ ਤੇ ਉਹਦੇ ਹਿਸਾਬ ਦੇ ਨਾਲ ਜਿਹੜਾ ਵਰਕਰ ਉਹਨਾਂ ਨੂੰ ਕਾਬਲ, ਜਿਹੜਾ ਵਕਤ ਵਰਕਰ ਬਿਲਕੁਲ ਬੇਦਾਗ, ਜਿਹੜਾ ਕੋਈ ਕਰੈਕਟਰ ਪੱਖੋਂ ਚੰਗਾ, ਜਿਹੜਾ ਕੋਈ ਕਿਸੇ ਤੇ ਕੋਈ ਦਾਗ ਨਾ ਹੋਏ, ਹਰ ਪੱਖੋਂ ਜਿਹੜਾ ਸੀ ਉਹ ਪ੍ਰਪੱਖ ਹੁੰਦਾ ਸੀ, ਉਸ ਵਰਕਰ ਨੂੰ ਜਿਹੜੀ ਆ ਉਹ ਉਹਦਾ ਨਾਂ ਰਿਕਮੈਂਡ ਕਰਦੇ ਹੁੰਦੇ ਸੀ। ਫਿਰ ਉਹ ਸਰਕਲ ਪ੍ਰਧਾਨ ਕਰਦਾ ਸੀ, ਫਿਰ ਜ਼ਿਲ੍ਹਾ ਪ੍ਰਧਾਨ ਕੋਲ ਜਾਂਦੀ, ਫਿਰ ਉਹ ਪਾਰਲੀਮੈਂਟ ਬੋਰਡ ਕੋਈ ਇੱਦਾਂ ਕਮੇਟੀ ਜਿਹੜੀ ਆ ਉਹ ਫਿਰ ਪ੍ਰਧਾਨ ਸਾਹਿਬ ਕੋਲ ਜਾਂਦੀ। ਬਹੁਤ ਵਧੀਆ, ਅੱਜ ਜਿਹੜਾ ਇਹ ਕੰਮ ਦੁਬਾਰਾ ਸ਼ੁਰੂ ਹੋਇਆ ਔਰ ਇਹਦੇ ਨਾਲ ਵਰਕਰ ਜਿਹੜੇ ਆਪਣੀ ਗੱਲ ਜਿਹੜੀ ਉਹ ਕਹਿ ਸਕਦੇ ਆ। ਉਹ ਸੀਨੀਅਰ ਲੀਡਰ ਸਾਡੇ ਭੁੰਦੜ ਸਾਹਿਬ ਜਿਹੜੇ ਇਹਦੀ ਚੇਅਰਮੈਨ ਨੇ ਕਮੇਟੀ ਦੇ, ਬਾਦਲ ਸਾਹਿਬ ਨਾਲ ਉਹਨਾਂ ਬੜਾ ਕੰਮ ਕੀਤਾ ਔਰ ਬੜੇ ਪੁਰਾਣੇ ਨੇ, ਬੜੀਆਂ ਉਹਨਾਂ ਕੁਰਬਾਨੀਆਂ ਕੀਤੀਆਂ ਪਾਰਟੀ ਲਈ, ਉਹ ਜਿਹੜੇ ਆ ਉਹ ਬੋਰਡ ਦੇ ਚੇਅਰਮੈਨ ਨੇ। ਔਰ ਦੇਖੋ ਗੱਲ ਇੱਕ ਆ, ਹਾਈ ਕਮਾਂਡ ਅੱਗੇ ਹਰ ਇੱਕ ਦਾ ਸਿਰ ਝੁਕਦਾ, ਪਰ ਮੈਂ ਪਹਿਲਾਂ ਵੀ ਜਦੋਂ ਸਾਰੇ ਵਰਕਰ ਵੱਡੀ ਗਿਣਤੀ 'ਚ ਕੋਠੀ 'ਤੇ ਇਕੱਠੇ ਹੋਏ ਸੀ, ਉੱਥੋਂ ਹੀ ਬਾਅਦ 'ਚ ਆਇਆ ਕਿ ਉਹ ਅਸੀਂ ਕਿਸੇ ਤਕਰਾਰ 'ਚ ਨਹੀਂ ਪੈਣਾ ਚਾਹੁੰਦੇ। ਮੈਂ ਉੱਥੇ ਸਟੇਜ 'ਤੇ ਗੱਲ ਕਹੀ ਸੀ, ਉਹ ਸਾਰੇ ਚੈਨਲਾਂ ਨੇ ਸੁਣੀ ਹੋਣੀ ਆ ਵੀ ਮੈਂ ਅੰਮ੍ਰਿਤਧਾਰੀ ਹਾਂ, ਗੁਰੂ ਦਾ ਸਿੱਖ ਪਹਿਲਾਂ, ਉਦੋਂ ਬਾਅਦ ਮੇਰੀ ਪਾਰਟੀ ਆ ਅਤੇ ਮੇਰਾ ਬਾਅਦ 'ਚ ਪਰਿਵਾਰ। ਦੇਖੋ, ਮੈਂ ਪਾਰਟੀ ਨੂੰ ਇੰਨੀ ਤਰਜੀਹ ਦਿੰਦਾ ਔਰ ਮੈਂ ਇਹ ਕਦੀ ਵੀ ਗੱਲ ਬਰਦਾਸ਼ਤ ਨਹੀਂ ਕਰਦਾ ਕਿ ਕੋਈ ਐਸਾ ਵਿਅਕਤੀ ਆ ਜੇ ਜਿਹਦੇ ਕਰੈਕਟਰ 'ਤੇ ਕੋਈ ਦਾਗ ਲੱਗਾ ਹੋਏ, ਜਿਹਦੇ ਬੱਚਿਆਂ ਦੇ ਕਰੈਕਟਰ 'ਤੇ ਕੋਈ ਦਾਗ ਲੱਗਾ ਹੋਏ, ਕੱਲ੍ਹ ਨੂੰ ਉਹ ਆ ਕੇ ਸਾਡੀਆਂ ਧੀਆਂ ਭੈਣਾਂ ਜਿੱਥੇ ਵਿਚਰੇ ਇੱਥੇ ਜਾ ਕੇ ਲੋਕਾਂ ਤੱਕ ਜਾਏ ਔਰ ਵਿਰੋਧੀਆਂ ਨੂੰ ਕੋਈ ਮੁੱਦਾ ਮਿਲੇ। ਇਲੈਕਸ਼ਨ, ਮੇਰੀ ਬੇਨਤੀ ਸੁਣੋ ਜੀ, ਇਹ ਇਲੈਕਸ਼ਨ ਜਿਹੜੀ ਆ ਇਹ ਬੜੀ ਸ਼੍ਰੋਮਣੀ ਅਕਾਲੀ ਦਲ ਨੂੰ ਫਿਰ ਮੁੜ ਲੀਆਂ ਤੇ ਲਿਆਉਣ ਵਾਸਤੇ ਜਿਹੜੀਆਂ ਚਾਰ ਜਿੰਨੀ ਚੋਣਾਂ ਨੇ ਔਰ ਤਾਂ ਹੀ ਲੀਆਂ ਤੇ ਆ ਸਕਦੀ ਆ। ਜੇ ਦੇਖੋ ਕੋਈ ਵਿਅਕਤੀ, ਮੇਰਾ ਕੋਈ ਇਹ ਏਮ ਨਹੀਂ, ਕਈ ਸੋਚਦੇ ਹੋਣਗੇ ਵੀ ਕਿਸ਼ਾਲਪੁਰ ਇਹ ਗੱਲ ਚਾਹੁੰਦਾ ਵੀ ਪਾਰਟੀ ਮੈਨੂੰ ਟਿਕਟ ਦੇ, ਮੈਂ ਬਿਲਕੁਲ ਪ੍ਰਧਾਨ ਸਾਹਿਬ ਦੀ ਇਸ ਗੱਲ ਨਾਲ ਪੂਰਾ ਸਹਿਮਤ ਹੋਵਾਂਗਾ, ਪਰ ਮੈਂ ਉਹਨਾਂ ਨੂੰ ਬੇਨਤੀ ਤੁਹਾਡੇ ਮਾਧਵ ਰਾਏ ਕਰਾਂਗਾ, ਪਾਰਲੀਮੈਂਟ ਬੋਰਡ ਨੂੰ ਵੀ ਕੀਤੀ ਆ ਔਰ ਵਰਕਰਾਂ ਦੀ ਜਿਹੜੀ ਆ ਜਿਹੜੀ ਗੱਲ ਆ ਉਹ ਮੈਂ ਉਹਨਾਂ ਤੱਕ ਪਹੁੰਚਾਉਣਾ ਵੀ ਇਹ ਚੰਗਾ ਵਿਅਕਤੀ ਜਿਹੜਾ ਵਾ, ਜਿਹੜੇ ਬੰਦੇ ਦਾ ਕਿਰਦਾਰ ਚੰਗਾ ਹੋਏ, ਜਿਹੜਾ ਬੰਦਾ ਅਗਲੇ ਬੰਨੇ ਚੰਗੀ ਜਿਹੜੀ ਆ ਸੇਧ ਦੇ ਸਕੇ ਬੱਚਿਆਂ ਨੂੰ, ਉਹ ਵਿਅਕਤੀ ਕਿਸੇ ਨੂੰ ਲੈ ਆਇਓ, ਅਸੀਂ ਜਿੰਨੇ ਜੋਗੇ ਹੋਵਾਂਗੇ। ਅੱਗੇ ਪਾਰਟੀ ਨੇ ਇੱਥੇ, ਮੈਂ 2 ਸਾਲ ਕੰਮ ਕੀਤਾ ਹੈ 22 'ਚ, ਕਿਉਂਕਿ 35 ਸਾਲ ਮੇਰਾ ਰਾਜਨੀਤੀ ਦਾ ਜੀਵਨ ਹੈ ਔਰ ਸਭ ਤੋਂ ਵੱਧ ਮੇਰੇ ਬਜ਼ੁਰਗਾਂ ਦੀ ਜੇਲ੍ਹ ਜਿਹੜੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਹੋਏਗੀ, ਉਹਨਾਂ ਨੇ ਕੁਰਬਾਨੀਆਂ ਕੀਤੀ ਔਰ ਮੈਂ ਫਿਰ ਵੀ ਇਹਨਾਂ ਨੇ ਕਾਲੋ ਸਾਹਿਬ ਦੇ ਸਪੁੱਤਰ ਰਵੀਕਰਨ ਕਾਲੋ ਨੂੰ ਇੱਥੇ ਲਿਆ ਕੇ ਤਾਰਤਾ, ਤੁਸੀਂ ਸਾਰੇ ਜਾਣਦੇ। ਮੈਂ ਰਾਤ ਦਿਨ ਕਰਕੇ ਉਹ ਸਾਰੀ ਲੜਾਈ ਲੜੀ ਔਰ ਅਸੀਂ ਉਹ ਲੜਾਈ ਜਿੱਤੇ, ਜਦੋਂ ਕਿ ਪੰਜਾਬ ਦੇ ਰਿਜ਼ਲਟ ਹੀ ਬਾਕੀ ਹੋਰ ਸੀ, ਉਹ ਲੜਾਈ ਅਸੀਂ ਜਿੱਤੇ। ਚਲੋ, ਉਹਨਾਂ ਨੇ ਆਪਣਾ ਵੇਖਿਆ। ਉਦੋਂ ਬਾਅਦ ਚੀਮਾ ਸਾਹਿਬ ਦੀ ਇਲੈਕਸ਼ਨ ਆਈ ਔਰ ਚੀਮਾ ਸਾਹਿਬ ਦੀ ਇਲੈਕਸ਼ਨ ਤੋਂ 10 ਦਿਨ ਪਹਿਲਾਂ ਉਹ ਚਲੇ ਗਏ। ਜੇ ਥੋੜ੍ਹਾ ਚਿਰ ਪਹਿਲਾਂ ਜਾਂਦੇ
ਅਸੀਂ ਇੱਥੋਂ 25,000 ਤੋਂ ਵੱਧ 30,000 ਤੱਕ ਵੋਟ ਅਸੀਂ ਕੱਢਦੇ। ਪਰ ਚਲੋ ਤੁਹਾਨੂੰ ਪਤਾ ਜਿਹੜੇ ਸਾਡੇ ਆ ਜਿੰਨੇ ਵਿਅਕਤੀ ਆਏ ਆ, ਇੱਥੇ ਕੋਈ ਬਹੁਤੀ ਗੱਲ ਕਹਿਣ ਵਾਲੀ ਨਹੀਂ। ਚੀਮਾ ਸਾਹਿਬ ਨੇ ਇਲੈਕਸ਼ਨ ਲੜੀ ਆ, ਇੱਕ ਵਿਅਕਤੀ ਕੱਢ ਦੇਣ ਜਿਹੜੇ ਇਹਨਾਂ ਨੇ ਉਹਨਾਂ ਦੀ ਮਦਦ ਕੀਤੀ ਆ, ਡਟ ਕੇ ਬੂਥਾਂ ਤੇ ਬੈਠੇ ਆ। ਦੂਜੇ ਬੰਨੇ ਤੁਸੀਂ ਵੇਖਦੇ ਹੋ ਉਹ ਵਿਅਕਤੀ ਆਇਆ ਜਿਹੜੇ ਉਸ ਦਿਨ ਮੈਂ ਬੂਥਾਂ ਤੇ ਜਾਣਾ, ਮੇਰੀ ਚੀਮਾ ਸਾਹਿਬ ਨੇ ਡਿਊਟੀ ਲਾਈ, ਮੈਂ ਨਾਂ ਹੀ ਲੈ ਦੇਣਾ। ਇੱਥੋਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਜਿਹੜੇ ਆ ਉਹ ਇਹਨਾਂ ਬਣਾਏ ਸੀ, ਤੇ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਆਮ ਆਦਮੀ ਪਾਰਟੀ ਦੇ ਇੱਕ ਇੱਕ ਬੰਦਾ ਚੁੱਕ ਕੇ ਬੂਥਾਂ ਤੇ ਖੜਦੇ ਤੇ ਕਈ ਵਿਅਕਤੀ ਜਿਹੜੇ ਬੂਥਾਂ ਤੇ ਖੜਦੇ ਉਹ ਆਏ ਆ। ਮੈਂ ਨਾ ਜਿਹੜਾ ਪਾਰਟੀ ਨੂੰ ਲੇਟ ਪਾਰਟੀ ਨੇ ਇਹਦਾ ਇਹਨਾਂ ਨੇ ਉਦੋਂ ਮੀਟਿੰਗ ਕਰਕੇ ਕੰਮ ਕੀਤਾ ਉਹ ਫੁਰਾ ਮਾਰਿਆ, ਪਰ ਮੈਂ ਨਹੀਂ ਸਮਝਦਾ ਕਿ ਜਿਹੜਾ ਵਿਅਕਤੀ ਜਿਹੜਾ ਸਾਡੇ ਅੱਗੇ ਥੋਪਿਆ ਜਾਏ। ਅਸੀਂ ਗੂੰਗੇ ਨਹੀਂ, ਅਸੀਂ ਬੋਲੇ ਨਹੀਂ, ਅਸੀਂ ਬਹਿਰੇ ਨਹੀਂ, ਅਸੀਂ ਲੋਕਾਂ ਦੇ ਵਿੱਚ ਵਿਚਰਨ ਵਾਲੇ ਲੋਕ ਆ, ਜ਼ਮੀਰ ਵਾਲੇ ਲੋਕ ਆ, ਅਸੀਂ ਪਾਰਟੀ ਦੇ ਨਾਲ ਆ। ਪਰ ਸਾਡੇ ਵੀ ਪਾਰਟੀ ਜਿਹੜੀ ਆ ਜਜ਼ਬਾਤਾਂ ਦੇ ਉੱਤੇ ਜਿਹੜੀ ਆ ਪਹਿਰਾ ਦੇ, ਸਾਰਿਆਂ ਬੰਦਿਆਂ ਨੇ ਅੰਦਰ ਜਿਹੜੀ ਕਮੇਟੀ ਆ ਕੋਈ 11 ਮੈਂਬਰੀ ਕੋਈ 21 ਮੈਂਬਰੀ ਗਈ ਆ, ਮੈਂ ਤਾਂ ਉਹਨਾਂ 'ਚ ਗਿਆ ਨਹੀਂ, ਉਹਨਾਂ ਆਪਣੀ ਜਿਹੜੀ ਜਜ਼ਬਾਤ ਦੀ ਗੱਲ ਕਰਨੀ ਆ। ਉਹਦੇ 'ਚ ਮਾਰਕੀਟ ਕਮੇਟੀ ਦੇ ਚੇਅਰਮੈਨ ਇੱਥੋਂ ਦੇ ਅਕਾਲੀ ਦਲ ਜਿਹੜੇ ਬਣੇ ਸੀ ਉਹ ਗਏ ਆ, ਉਹਦੇ 'ਚ ਬਲਾਕ ਸੰਮਤੀ ਦੇ ਜਿਹੜੇ ਚੇਅਰਮੈਨ ਸੀ ਉਹ ਬਣੇ, ਸਰਕਲਾਂ ਦੇ ਜਿੰਨੇ ਪ੍ਰਧਾਨ ਨੇ ਉਹ ਗਏ ਨੇ, ਉਹਦੇ ਵਿੱਚ ਜਿਹੜੇ ਜ਼ਿੰਮੇਵਾਰ ਨੇ ਇੱਥੋਂ ਦੇ ਉਹ ਗਏ ਨੇ, ਇੱਥੋਂ ਦੇ ਜਿਹੜੇ ਸਟੇਟ ਦੇ ਚੇਅਰਮੈਨ ਬਣੇ ਸੀ ਉਹ ਗਏ ਨੇ, ਮਤਲਬ ਸਾਰੇ ਜ਼ਿੰਮੇਵਾਰ ਵਿਅਕਤੀ ਜਿਹੜੇ ਉਹ ਅੰਦਰ ਅਸੀਂ ਬਹੁਤ ਨਹੀਂ ਅਸੀਂ ਖਾਪਣਾ, ਕਿਉਂਕਿ ਅਸੀਂ ਬਿਲਕੁਲ ਉਹਨਾਂ ਨੂੰ ਕਿਹਾ ਵੀ ਤੁਸੀਂ ਜਾ ਕੇ ਆਪਣੀ ਬੇਨਤੀ ਕਰੋ, ਕੋਈ ਖਾਪਖਾਨੇ ਵਾਲੀ ਗੱਲ ਨਹੀਂ। ਉਹਨਾਂ ਕੇ ਬੰਦਿਆਂ ਨੇ ਜਾ ਕੇ ਪਾਰਟੀ ਦੇ ਪ੍ਰਧਾਨ ਸਾਹਿਬ ਤੋਂ ਗੱਲ ਬਜਾਉਣੀ ਆ, ਔਰ ਮੈਂ ਤੁਹਾਡੇ ਮਾਧਮ ਰਾਹੀਂ ਪ੍ਰਧਾਨ ਸਾਹਿਬ ਨੂੰ ਹੱਥ ਜੋੜ ਕੇ, ਗੁਰੂ ਨਾਨਕ ਪਾਤਸ਼ਾਹ ਦੀ ਧਰਤੀ ਇਹ ਗੱਲ ਕਹਿਣੀ ਚਾਹੁੰਦਾ ਵੀ ਪ੍ਰਧਾਨ ਸਾਹਿਬ ਤੁਸੀਂ ਬੜੇ ਸਿਆਣੇ ਤੇ ਬੜੇ ਗਾਂ ਵਧੂ ਪ੍ਰਧਾਨ ਜੀ, ਤੁਸੀਂ ਜਿਹਾ ਫੈਸਲਾ ਨਾ ਲੈ ਦਿਓ ਵੀ ਸਾਡੇ ਲਈ ਜਿਹੜੀ ਇਹ ਸਾਡੀ ਪ੍ਰਾਣਾ ਤੋਂ ਪਿਆਰੀ ਪਾਰਟੀ ਹੈ ਉਹ ਸਾਡੇ ਲਈ ਜਿਹੜਾ ਵਾ ਕੋਈ ਮਜਬੂਰ ਫੈਸਲਾ ਲੈਣਾ ਪਏ। ਇਸ ਕਰਕੇ ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਨਾ ਵੀ ਬੱਜਰ ਕਿਰਾਇਤ ਵਾਲਾ ਬੰਦਾ, ਉਹਦੇ ਪਰਿਵਾਰ ਵਾਲਾ ਬੰਦਾ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਅੱਜ ਪੂਰੀ ਠੋਕੇ ਦਾਵੇਦਾਰੀ ਜਿਹੜੀ ਤੁਸੀਂ ਪੇਸ਼ ਕੀਤੀ ਹੈ, ਮੈਂ ਵੇਖੋ ਜੀ ਆਪਣੀ ਦਾਵੇਦਾਰੀ ਫੇਰ ਨਹੀਂ ਕਰਦਾ। ਮੈਂ ਤੁਹਾਨੂੰ ਕਹਿੰਦਾ ਜਿੰਨੂੰ ਸ਼੍ਰੋਮਣੀ ਚੀਮਾ ਸਾਹਿਬ ਆਏ ਸੀ, ਸ਼੍ਰੋਮਣੀ ਅਕਾਲੀ ਦਲ ਜਿਸ ਵਿਅਕਤੀ ਦੇ ਤਾਜ ਰੱਖੇ, ਚੰਗਾ ਵਿਅਕਤੀ, ਸਾਰੇ ਚੰਗੇ ਆ। ਮੇਰੇ ਵੇਖੋ ਮੈਂ ਇਹ ਗੱਲ ਹੀ ਕਹਿੰਦਾ, ਕਈ ਹੁਣ ਮੈਨੂੰ ਕਹਿੰਦੇ ਵੀ ਉਹਦੀ ਗੱਲ ਬਾਹਰ ਆ ਗਈ ਜੀ, ਆਪਾਂ ਖੁੱਲ੍ਹ ਕੇ ਕਹਿ ਦਿੰਦੇ, ਮੈਨੂੰ ਕੋਈ ਡਰ ਥੋੜਾ। ਪਰ ਮੈਂ ਨਾ ਜੋ ਤਰੀਕਾ ਉਹ ਲੋਕਾਂ ਵੇਖਿਆ ਉਸ ਵਿਅਕਤੀ ਨੂੰ ਬਿਲਕੁਲ ਲੋਕਾਂ 'ਚ ਵਿਚਰਨਾ ਚਾਹੀਦਾ, ਜ਼ਮੀਰ ਮਰ ਗਈ। ਮੈਂ ਇਹ ਗੱਲ ਦਾਅਵੇ ਨਾਲ ਕਹਿ ਦੇਣਾ, ਜ਼ਮੀਰ ਮਰੇ ਜਿਹੜੇ ਲੋਕ ਨੇ ਉਹਨਾਂ ਦਾ, ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ 'ਚ ਕੋਈ ਥਾਂ ਨਹੀਂ, ਉਹ ਬਿਲਕੁਲ ਆਪਣੇ ਜਿਹੜੇ ਆ ਦੂਰ ਜਾ ਕੇ ਕਿਤੇ ਬਹਿਣ। ਮਤ ਸੋਚਣ ਕਿ ਅਸੀਂ ਆ ਬਾਹਰੋਂ ਇਧਰੋਂ ਉਧਰੋਂ ਜਿਹੜੇ ਆ ਮਾੜ ਮੋੜ ਜਿਹੜੇ ਬੰਦੇ ਇਕੱਠੇ ਕਰਕੇ ਉਹਨੂੰ ਗੁੰਮਰਾਹ ਕਰ ਦਈਏ। ਜਿਹਦਾ ਸਵੇਰੇ ਕਹਿਤਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ 3 ਦਿਨ ਤੋਂ ਪ੍ਰਚਾਰ ਹੋ ਰਿਹਾ, ਸਰਦਾਰ ਸੁਖਬੀਰ ਸਿੰਘ ਬਾਦਲ ਇੱਥੇ ਆ ਰਹੇ ਨੇ, ਉਹ ਜੀ ਮੇਰੀ ਟਿਕਟ ਅਨਾਊਂਸ ਕਰਨ ਆ ਰਹੇ ਨੇ। ਪ੍ਰਧਾਨ ਸਾਹਿਬ ਯਾਰ ਬਹੁਤ ਸਿਆਣੇ, ਪਰਿਵਾਰ ਤੋਂ ਤਾਂ ਕੀਤਾ ਪਰ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਉਂਗਲ ਫੜ ਕੇ ਆਪਣਾ ਜੀਵਨ ਜਿਹੜਾ ਸ਼ੁਰੂ ਕੀਤਾ। ਮੈਨੂੰ ਉਹਨਾਂ ਬੜਾ ਪਿਆਰ ਦਿੱਤਾ, ਮੈਨੂੰ ਸਟੇਟ ਦੇ ਚੇਅਰਮੈਨ ਬਣਾਇਆ, ਮੈਨੂੰ ਬਹੁਤ ਪਿਆਰ ਕੀਤਾ। ਮੇਰਾ ਕੋਈ ਕੰਮ ਭਾਵੇਂ ਮੈਂ ਪ੍ਰਧਾਨ ਸਾਹਿਬ ਨੂੰ ਮਹੀਨਾ ਨਾ ਮਿਲਾਂ 2 ਮਹੀਨੇ ਨਾ ਮਿਲਾਂ, ਪਰ ਮੇਰਾ ਕੋਈ ਵਰਕਰ ਦਾ ਸਾਥੀ ਦਾ ਕੰਮ ਜਿਹੜਾ ਪ੍ਰਧਾਨ ਸਾਹਿਬ ਨੇ ਹਾਸਸ ਕੀਤਾ, ਵਰਕਰ ਉਹਨਾਂ ਦੇ ਨਾਲ ਨੇ ਔਰ ਵਧੀਆ ਰਿਜ਼ਲਟ। ਆ ਤੁਸੀਂ ਹੁਣ ਸੁਣ ਲਿਆ, ਵੇਖੋ ਵਿਅਕਤੀ ਮੇਰੇ, ਮੈਂ ਜਿਹੜੀ ਤੁਸੀਂ ਮੇਰੀ ਗੱਲ ਪਾਉਣੀ ਆ ਮੂੰਹ 'ਚ ਮੈਂ ਸ਼ਰੇਆਮ ਕਹਿਤੀ ਆ। ਦੇਖੋ ਮੈਂ ਗੁਰੂ ਨਾਨਕ ਪਾਤਸ਼ਾਹ ਦੀ ਧਰਤੀ ਦੇ ਅੰਦਰ ਗੁਰਦੁਆਰਾ ਸਾਹਿਬ ਤੁਸੀਂ ਨਾਂ ਪੁੱਛਦੇ ਤੇ ਮੈਂ ਉੱਥੇ ਤੁਹਾਡੇ ਨਾਲ ਕੋਈ ਹੋਰ ਗੱਲ ਕਰ ਲਈ, ਪਰ ਮੈਂ ਉਹ ਵੀ ਕਦੀ ਨਹੀਂ ਕੀਤੀ। ਮੈਂ ਤੁਹਾਡੇ ਨਾਲ ਇਹ ਗੱਲ ਇੱਥੋਂ ਕਰਦਾ, ਵੇਖੋ ਆਪੋ ਆਪਣੀ ਗੱਲ ਹੈ, ਮੈਂ ਕਿਸੇ ਵਰਕਰ ਨੂੰ ਨਹੀਂ ਇਹ ਗੱਲ ਕਹਾਂਗਾ। ਉਹਨਾਂ ਦਾ ਦਿਲ ਕਰਦਾ ਵਾ ਉਹ ਕਰਨ, ਉਹਨਾਂ ਦਾ ਜੀ ਕਰਦਾ ਉਹ ਜਿੱਦਾਂ ਮਰਜ਼ੀ ਕਰਨ, ਮੈਂ ਆਪਣੀ ਨਿੱਜੀ ਜਿਹੜੀ ਆ ਮੇਰੀ ਆਪਣੀ ਰਾਏ, ਜੇ ਕੋਈ ਮੇਰੇ ਨਾਲ ਸਾਥੀ ਉਹਨਾਂ ਸਹਿਮਤ ਹੋਊਗਾ ਇਹ ਉਹ ਰਾਏ ਨੂੰ ਕਰਾਂਗਾ। ਵੇਖੋ ਚੀਮਾ ਸਾਹਿਬ ਆਏ ਆ, ਚੀਮਾ ਸਾਹਿਬ ਇਸ ਗੱਲ ਦੇ ਗਵਾਹ ਨੇ, ਉਹਨਾਂ ਨੂੰ ਪੁੱਛ ਲਓ ਵੀ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਦੀ ਰਾਤ ਨੇ ਕਰਕੇ ਮਤ ਕੀਤੀ। ਉਹ ਪ੍ਰਧਾਨ ਸਾਹਿਬ ਨੂੰ ਕਿਹਾ ਸੀ ਵੀ ਪ੍ਰਧਾਨ ਸਾਹਿਬ ਜਿੰਨੇ ਜੋਗਿਆਂ ਫਿਕਰ ਨਾ ਕਰੋ, ਜੇ ਰੈਲੀ ਉਹਨਾਂ ਕੀਤੀ ਤਾਂ ਰੈਲੀ ਵੱਡੀ ਕੀਤੀ। ਬਾਕੀ ਵੇਖੋ
ਅਸੀਂ ਪਾਰਟੀ ਨੂੰ ਲਹੂ ਦਿੱਤਾ, ਸਾਡੇ ਉਹਨਾਂ ਦਾ ਮਿੱਝ ਆ ਇਸ ਪਾਰਟੀ ਦੇ ਵਿੱਚ। ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਪਾਰਟੀ ਜਿਹੜੀ ਆ ਫਿਰ ਪ੍ਰਧਾਨ ਸਾਹਿਬ ਦੇ ਨਾਲ ਉਹਨਾਂ ਦੇ ਪਿੱਛੇ ਪਿੱਛੇ ਖਲੋ ਕੇ ਕੋਸ਼ਿਸ਼ ਕਰਾਂਗੇ ਕਿ ਅਸੀਂ ਪਾਰਟੀ ਜਿਹੜੀ ਆ ਉਹ ਅਗਾਂਹ ਵਧੇ। ਜੇ ਪ੍ਰਧਾਨ ਸਾਹਿਬ ਨੂੰ ਸਾਡੀਆਂ ਸਵਾਵਾਂ ਇਹ ਚੰਗੀਆਂ ਗੱਲਾਂ ਨਾ ਲੱਗਣਗੀਆਂ ਫਿਰ ਅਸੀਂ ਕੀ ਕਰ ਸਕਦੇ? ਫਿਰ ਅਸੀਂ ਦੇਖੋ ਅਸੀਂ ਇੱਥੇ ਤਾਂ ਮੈਂ ਕਹਿੰਦਾ ਵੀ ਜੇ ਕੋਈ ਵੀ ਮੈਂ ਨਹੀਂ, ਮੈਨੂੰ ਇਹ ਗੱਲ ਦਾ ਪਤਾ ਜਿਹੜੀ ਤੁਸੀਂ ਪੁੱਛਦੇ ਹੋ ਤੁਸੀਂ ਦਾਅਵੇਦਾਰੀ ਇੰਨੀਆਂ ਗੱਲਾਂ ਮੇਰੀਆਂ ਬਾਹਰ ਕਰਨ ਨਾ, ਹੋ ਸਕਦਾ ਮੈਨੂੰ ਟਿਕਟ ਨਾ ਵੀ ਦੇਣ ਇਹ ਵਰਕਰ ਨੂੰ ਦੇ ਦੇਣ, ਪਰ ਮੈਂ ਬਰਦਾਸ਼ਤ ਕਰਾਂਗਾ, ਮੈਂ ਚੱਲਾਂਗਾ, ਮੈਂ ਨਾਲ ਤੁਰਾਂਗਾ। ਉਹਦਾ ਕਾਰਨ ਇਹ ਆ ਵੀ ਅਸੀਂ ਯਾਰ ਜ਼ਮੀਰ ਨਹੀਂ ਮਾਰ ਸਕਦੇ ਅੰਮ੍ਰਿਤਧਾਰੀ ਬੰਦੇ ਆ। ਸਾਡੇ ਕੋਲ ਯਾਰ ਦੋ ਗੱਲਾਂ ਹੁੰਦੀਆਂ, ਸਭ ਤੋਂ ਪਹਿਲਾਂ ਗੁਰੂ, ਉਦੋਂ ਬਾਅਦ ਮੇਰੀ ਪਾਰਟੀ, ਤੇ ਫਿਰ ਜਿਹੜਾ ਮੇਰਾ ਪਰਿਵਾਰ ਆ। ਮੈਂ ਤੁਹਾਨੂੰ ਅੱਜ ਵੀ ਇਹ ਗੱਲ ਕਹਿਣੀ ਚਾਹੁੰਦਾ, ਹੋਰ ਕੋਈ ਸਵਾਲ?